ਖੁਦਾਵੰਦੀ ਮੁਬਾਰਕ ਅਜ਼ੀਮ ਜਲਾਲੀ ਨਾਮ ਵਿੱਚ ਸਲਾਮ ਜੈ ਮਸੀਹ ਕੀ ਔਰ ਵੈਲਕਮ ਟੂ ਦ ਪ੍ਰੋਗਰਾਮ ਅੱਜ ਦੇ ਮਹਿਮਾਨ ਹੈ ਕੁੰਮਾ ਜੀ ਕੁੰਮਾ ਆਪਣੇ ਘਰੋਂ ਹੋਮ ਸੈਲਫ ਦੀ ਪ੍ਰਾਰਥਨਾ ਗਰੁੱਪ ਦੀ ਸੇਵਾ ਚਲਾਉਂਦੀ ਹੈ ਇਹ ਭੈਣਾਂ ਦਾ ਗਰੁੱਪ ਜਿਹੜਾ ਹੈਗਾ ਇਹਨਾਂ ਦਾ ਖਾਸ ਮਕਸਦ ਮਿਲਣ ਦਾ ਇਹੀ ਆ ਕਿ ਇੱਕ ਦੂਸਰੇ ਨਾਲ ਮੁਹੱਬਤ ਦੇ ਵਿੱਚ ਪਿਆਰ ਦੇ ਵਿੱਚ ਮਿਲ ਕੇ ਇੱਕ ਦੂਸਰੇ ਨਾਲ ਦੁਆ ਦੇ ਵਿੱਚ ਇਹ ਸ਼ਾਮਿਲ ਹੋ ਸਕਦੇ ਹੈ ਕੁੰਮਾ ਜੀ ਵੈਲਕਮ ਟੂ ਦ ਪ੍ਰੋਗਰਾਮ ਜੈ ਮਸੀਹ ਕੀ ਪਾਸਟਰ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਖੁਦਾਵੰਦ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਦੇ ਜੈ ਮਸੀਹ ਕੀ ਚਲੋ ਫਿਰ ਸ਼ੇਰੋ ਸ਼ਾਇਰੀ ਨਾਲ ਸ਼ੁਰੂ ਕਰਦੇ ਹੈਗੇ ਸੁਣਿਆ ਤੁਸੀਂ ਸ਼ੇਰੋ ਸ਼ਾਇਰੀ ਕਰਦੇ ਹੈਗੇ ਠੀਕ ਹੈ ਜੀ ਹਾਂਜੀ ਜ਼ਰੂਰ ਕੀ ਤਿਆਰ ਕਰਕੇ ਲੈ ਕੇ ਆਏ ਅੱਜ ਸਾਡੇ ਮੈਂ ਇੱਕ ਤਾਂ ਮੈਂ ਜੋ ਗਜ਼ਲ ਮੇਰੇ ਪਿਤਾ ਜੀ ਨੇ ਸਾਡੇ ਡੈਡ ਨੇ ਲਿਖੀ ਹੋਈ ਲੇਟ ਮਾਸਟਰ ਜੀ ਤਾਰਾ ਚੰਦ ਉਹਨਾਂ ਦੀ ਲਿਖੀ ਹੋਈ ਮੈਂ ਉਹ ਪਹਿਲਾਂ ਕਹਾਂਗੀ ਔਰ ਫਿਰ ਮੌਕੇ 'ਤੇ ਫਿਰ ਮੈਂ ਇੱਕ ਆਪਣੇ ਵੀ ਲਿਖੀ ਹੋਈ ਉਹ ਵੀ ਲੈ ਕੇ ਆਈ ਹੈਗੀ ਹਾਂ ਸੋ ਚੱਲੀਏ ਆਪਾਂ ਚਲੋ ਸ਼ੁਰੂ ਕਰੋ ਜੀ ਸ਼ੁਰੂ ਕਰੋ ਓਕੇ ਇਹ ਜੋ ਗਜ਼ਲ ਹੈ ਇਸ ਦਾ ਨਾਮ ਦਿੱਤਾ ਗਿਆ ਹੈ ਜ਼ਿੰਦਗੀ ਕੇ ਲੀਏ ਸ਼ਾਹੇ ਆਸੀਆਂ ਵੋ ਕਰੋਬੀਆਂ ਤੂੰ ਹੈ ਮਿਹਰਬਾਨ ਗੁਨਾਹਗਾਰ ਪਰ ਸ਼ਾਹੇ ਆਸੀਆਂ ਵੋ ਕਰੋਬੀਆਂ ਤੂੰ ਹੈ ਮਿਹਰਬਾਨ ਗੁਨਾਹਗਾਰ ਪਰ ਕਿਉਂ ਨਾ ਫਕਰ ਕਰਤਾ ਰਹੂੰ ਸਦਾ ਤੇਰੇ ਦਾਰ ਪਰ ਤੇਰੇ ਪਿਆਰ ਪਰ ਤੂਨੇ ਕੁੰਭਾ ਇਜਨੀ ਸੇ ਅਹਿਮ ਸੀ ਹੈ ਹਜ਼ਾਰੋ ਮੁਰਦੇ ਜਲਾ ਦੀਏ ਤੂਨੇ ਕੁੰਭਾ ਇਜਨੀ ਸੇ ਅਹਿਮ ਸੀ ਹੈ ਹਜ਼ਾਰੋ ਮੁਰਦੇ ਜਲਾ ਦੀਏ ਤੂੰ ਸਮੁੰਦਰੋ ਕਾ ਹੈ ਬਾਦਸ਼ਾਹ ਤੇਰਾ ਹੁਕਮ ਬਰਕੋ ਕਰਾਰ ਪਰ ਤੇਰਾ ਹੁਕਮ ਬਰਕੋ ਸ਼ਰਾਰ ਪਰ ਹਾਲੇਲੂਇਆ ਤੇਰਾ ਜ਼ਿੰਦਾ ਹੋਨੇ ਸੇ ਅਹਿਮ ਸੀ ਤੇਰਾ ਜ਼ਿੰਦਾ ਹੋਨੇ ਸੇ ਅਹਿਮ ਸੀ ਹੈ ਰਵਾਂ ਦਵਾਂ ਦਮੇ ਜ਼ਿੰਦਗੀ ਮੇਰਾ ਉਜੜਾ ਉਜੜਾ ਯੇ ਗੁਲਸਤਨ ਆਇਆ ਫਿਰ ਸੇ ਰੰਗੇ ਬਹਾਰ ਪਰ ਤੇਰਾ ਖੀਚਾ ਜਾਣਾ ਹੈ ਅਹਿਮ ਸੀ ਤੇਰਾ ਖੀਚਾ ਜਾਣਾ ਹੈ ਸਲੀਬ ਪਰ ਵੋ ਨਜ਼ਾਰਾ ਜਬ ਰੁਕ ਰਾਹ ਕਾ ਤੇਰਾ ਖੀਚਾ ਜਾਣਾ ਸਲੀਬ ਪਰ ਵੋ ਨਜ਼ਾਰਾ ਜਬ ਰੁਕ ਰਾਹ ਕਾ ਦਿਲੋ ਜਾਨ ਨਿਸਾਰ ਕਰੋ ਕਮਰ ਯੇ ਮੁਹੱਬਤੇ ਬੇਕਨਾਰ ਪਰ ਸੋ ਆਖਰ ਕੇ ਹੈਗਾ ਕਹਾਂ ਜਾ ਰਿਹਾ ਹੈ ਤੂੰ ਐ ਕਮਰ ਕਹਾਂ ਜਾ ਰਿਹਾ ਹੈ ਤੂੰ ਐ ਕਮਰ ਹੋ ਕੇ ਆਪਣੇ ਆਪ ਸੇ ਬੇਖਬਰ ਭਲਾ ਕਿਸ ਕਾ ਕਬਜ਼ਾ ਹੈ ਅੱਜ ਕੱਲ੍ਹ ਤੇਰੀ ਜ਼ਿੰਦਗੀ ਕੇ ਹਿਸਾਰ ਪਰ ਸ਼ਾਹੇ ਆਸੀਆਂ ਵੋ ਕਰੋਬੀਆਂ ਤੂੰ ਹੈ ਮਿਹਰਬਾਨ ਗੁਨਾਹਗਾਰ ਪਰ ਕਿਉਂ ਨਾ ਫਕਰ ਕਰਤਾ ਰਹੂੰ ਸਦਾ ਤੇਰੇ ਦਾਰ ਪਰ ਤੇਰੇ ਪਿਆਰ ਪਰ ਵਾਹ ਬਹੁਤ ਅੱਛਾ ਖੁਦਾ ਬਰਕਤ ਦੇਵੇ ਔਰ ਬਹੁਤ ਹੀ ਅੱਛੀ ਲਿਖੀ ਹੋਈ ਹੈਗੀ ਹੈ ਲਾਈਕ ਫਾਦਰ ਲਾਈਕ ਡੋਟਰ ਹੈ ਜਿੱਦਾਂ ਬਾਪ ਔਰ ਉੱਦਾਂ ਹੀ ਬੱਚੀ ਹੁਣ ਬਾਪ ਦੀ ਗੱਲ ਹੋ ਰਹੀ ਹੈਗੀ ਤਾਂ ਮੈਂ ਚਾਹੁੰਦਾ ਹੈਗਾ ਕਿ ਤੁਸੀਂ ਥੋੜ੍ਹਾ ਕੁ ਸਾਨੂੰ ਦੱਸੋ ਕਿਹੜੇ ਘਰਾਣੇ ਦੇ ਵਿੱਚ ਪੈਦਾ ਹੋਏ ਕਦੋਂ ਹੋਏ ਕਿੱਥੇ ਹੋਏ ਮੇਰੇ ਦੋਨੋਂ ਪੇਰੈਂਟਸ ਲੇਟ ਮਾਸਟਰ ਜੀ ਤਾਰਾ ਚੰਦ ਜੀ ਔਰ ਮੇਰੀ ਮਦਰ ਜੋ ਰਸ਼ੀਦਾ ਜੀ ਔਰ ਮੈਂ ਉਹਨਾਂ ਦੀ ਬੇਟੀ ਹਾਂ ਹਾਂਜੀ ਮੇਰੇ ਸਿਬਲਿੰਗ 5 ਆ ਮੇਰੇ ਭੈਣ ਭਰਾ 6ਵੀਂ ਮੈਂ ਹਾਂ ਸਭ ਤੋਂ ਵੱਡੇ ਸਿਸਟਰ ਲਵੀਨਾ ਆ ਉਸ ਤੋਂ ਵਿੱਚ ਫਿਰ 4 ਭਰਾ ਆ ਉਹਨਾਂ ਸਭਨਾਂ ਤੋਂ ਛੋਟੀ ਮੈਂ ਹਾਂ ਮੇਰਾ ਜਨਮ ਰਾਏਪੁਰ ਰਾਈਆਂ ਕਪੂਰਥਲਾ ਜ਼ਿਲ੍ਹਾ ਸਾਡਾ ਅਤੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਦਾ ਮੇਰਾ ਜਨਮ ਹੈਗਾ ਆ ਅਤੇ ਮੈਂ ਉੱਥੋਂ ਰੱਖਦੀ ਮੈਂ ਬਹੁਤ ਕਿ ਕੋਈ ਬਚਪਨ 'ਚ ਜਿਹੜਾ ਅੱਜ ਕੱਲ੍ਹ ਦਾ ਆ ਸਮੇਂ ਬਹੁਤ ਬਦਲ ਚੁੱਕੇ ਹੈਗੇ ਮੇਰਾ ਜਿਹੜਾ ਬਚਪਨ ਸੀ ਬਹੁਤ ਹੀ ਸੋਹਣਾ ਬਹੁਤ ਖੁਸ਼ੀਆਂ ਦੇ ਨਾਲ ਭਰਿਆ ਹੋਇਆ ਸੀਗਾ ਔਰ ਦੇਰ ਤੱਕ ਚਾਂਦੀ ਚਾਨਣੀ 'ਚ ਖੇਲਣਾ ਸਾਰੇ ਬੱਚਿਆਂ ਨੇ ਔਰ ਬਹੁਤ ਸੋਹਣਾ ਖੁਦਾਵੰਦ ਦੀ ਬਹੁਤ ਆਸ਼ੀਸ਼ ਔਰ ਬਰਕਤ ਔਰ ਖੁਦਾਵੰਦ ਨੇ ਬਹੁਤ ਸੋਹਣਾ ਘਰਾਣੇ ਦੇ ਵਿੱਚ ਮੈਨੂੰ ਜਨਮ ਦਿੱਤਾ ਜਿਹਦੇ ਵਿੱਚ ਮੇਰੇ ਮਾਂ ਬਾਪ ਮੇਰੇ ਚਾਚੀ ਚਾਚਾ ਦਾਦੀ ਦਾਦਾ ਬਹੁਤ ਪਿਆਰ ਮਿਲਿਆ ਬਹੁਤ ਪਿਆਰ ਮਿਲਿਆ ਸਾਰਿਆਂ ਤਾਂ ਜਿੱਥੇ ਤੁਸੀਂ ਰਹਿੰਦੇ ਸੀਗੇ ਤਾਂ ਉੱਥੇ ਮਤਲਬ ਤੁਹਾਡੀ ਗਿਰਜਾ ਵੀ ਹੋਊਗਾ ਹਾਂਜੀ ਮੇਰੇ ਦਾਦਾ ਜੀ ਦੇ ਜਿਹੜੇ ਬਾਪ ਸੀਗੇ ਉਹਨਾਂ ਤੋਂ ਕ੍ਰਿਸਚੈਨਿਟੀ ਆਈ ਹੈਗੀ ਆ
ਸਾਡੀ ਫੈਮਿਲੀ ਦੇ ਵਿੱਚ। ਸੋ ਮੇਰੇ ਜਦੋਂ ਮਿਸ਼ਨਰੀ ਜਾਂਦੇ ਸੀ ਗੋਰੇ ਆਪਣੇ ਅਮੈਰੀਕਨ ਜਾਂ ਇੰਗਲੈਂਡ ਤੋਂ ਜਿਹੜੇ ਜਾਂਦੇ ਸੀ ਉੱਥੇ ਮਿਸ਼ਨਰੀ ਵਰਕ, ਉਹਨਾਂ ਨੇ ਬਹੁਤ ਕੀਤਾ ਉੱਥੇ। ਉੱਥੇ ਉਹਨਾਂ ਨੇ ਚਰਚ ਵੀ ਤਿਆਰ ਕੀਤਾ ਸੀਗਾ। ਮੇਰੇ ਦਾਦਾ ਜੀ ਫਿਰ ਐਲਡਰ ਸੀਗੇ, ਉਹਨਾਂ ਦੇ ਵੀ ਗਾਂ ਬਾਪ ਜਿੱਦਾਂ ਉਹ ਫਿਰ ਫੈਮਿਲੀ ਦੇ, ਇਹਨਾਂ ਦੇ ਦੋ ਘਰਾਣੇ ਸੀ ਭਰਾ ਜਿਹੜੇ ਮਤਲਬ ਕ੍ਰਿਸਚਨ ਉਦੋਂ ਬਣੇ ਹੈਗੇ ਆ। ਫਿਰ ਸਾਡੇ ਦਾਦਾ ਜੀ ਹੁਣਾਂ ਦੇ ਇਸੇ ਕਾਰਨ ਸਾਡੇ ਦਾਦਾ ਜੀ ਹੁਣਾਂ ਦੀ ਫੈਮਿਲੀ ਦੇ ਵਿੱਚ ਫਿਰ ਉਹਨਾਂ ਦੇ ਗਾਂ ਆਈ ਆ ਕ੍ਰਿਸਚੈਨਿਟੀ, ਫਿਰ ਸਾਡੇ ਡੈਡ ਦੀ ਮਸੀਹਤ ਆਈ ਹੈਗੀ ਆ, ਫਿਰ ਇਸੇ ਤਰ੍ਹਾਂ ਸੀ। ਸੋ ਮੇਰੇ ਦਾਦਾ ਜੀ ਜਿਹੜੇ ਆ ਉਹਨਾਂ ਦਿਨਾਂ ਦੇ ਵਿੱਚ ਮਤਲਬ ਕਿ ਪੜ੍ਹਾਈ ਲਿਖਾਈ ਇੰਨੀ ਨਹੀਂ ਸੀ ਹੁੰਦੀ, ਲੇਕਿਨ ਮੇਰੇ ਦਾਦਾ ਜੀ ਜਿਹੜੇ ਸੀ ਉਹ ਮੋਗੇ ਆਪਣੇ ਪੜ੍ਹੇ ਹੈਗੇ ਆ ਹੋਸਟਲ ਦੇ ਵਿੱਚ ਜਿੱਥੇ ਉਹ ਰਹਿੰਦੇ ਸੀਗੇ, ਨਾਲੇ ਉੱਥੇ ਉਹਨਾਂ ਨੇ ਆਪਣੀ ਮਤਲਬ ਕਿ ਪੜ੍ਹਾਈ, ਉਦੋਂ ਉਰਦੂ ਜ਼ਿਆਦਾ ਹੁੰਦਾ ਸੀਗਾ ਹਾਂਜੀ ਉਹਨਾਂ ਦਿਨਾਂ ਦੇ ਵਿੱਚ। ਸੋ ਉਹ ਪੜ੍ਹੇ, ਫਿਰ ਮੇਰੇ ਡੈਡ ਉਹਨਾਂ ਨੇ ਵੀ ਤਾਲੀਮ ਆਪਣੀ ਉੱਥੋਂ ਹੀ ਹਾਸਿਲ ਕੀਤੀ, ਮੋਗੇ ਤੋਂ ਜਾਂ ਹੋਸਟਲ ਸਕੂਲ 'ਚੋਂ। ਇਸੇ ਤਰ੍ਹਾਂ ਭਾਮਤੀ ਜੀ ਮੇਰੇ ਜਿਹੜੇ ਭਰਾ ਹੈਗੇ ਆ ਵੱਡੇ, ਜਿਹੜੇ ਭਰਾਵਾਂ 'ਚੋਂ ਵੱਡੇ ਹੈਗੇ ਆ, ਉਹਨਾਂ ਨੇ ਵੀ ਤਾਲੀਮ ਆਪਣੀ ਉੱਥੋਂ ਹੀ ਪਾਈ ਸੀ, ਲੇਕਿਨ ਉਹ 14 ਸਾਲਾਂ ਦੇ ਸੀ ਜਦੋਂ ਫਿਰ ਉਹ ਇੱਥੇ ਇੰਗਲੈਂਡ 'ਚ ਆਏ ਆ। ਡੈਡੀ ਮਾਸਟਰ ਜੀ ਉਹਨੂੰ ਕਹਿੰਦੇ ਹੁੰਦੇ ਸੀਗੇ, ਹਾਂਜੀ, ਔਰ ਉਹ ਵਾਕਿਆ ਦੇ ਟੀਚ ਕਰਦੇ ਹੁੰਦੇ ਸੀ ਬੱਚਿਆਂ। ਹਾਂਜੀ ਡੈਡ ਜੀ ਹੁਣੀ ਟੀਚਰ ਸੀਗੇ, ਔਰ ਉਹ ਇੰਡੀਆ ਦੇ ਵਿੱਚ ਉਹਨਾਂ ਨੇ ਕਾਫੀ ਪਿੰਡਾਂ ਦੇ ਵਿੱਚ ਜਾ ਕੇ ਪੜ੍ਹਾਏ ਹੈਗੇ ਆ, ਉਹਨਾਂ ਨੇ ਸ਼ਹਿਰਾਂ ਦੇ ਵਿੱਚ ਜਾ ਕੇ ਪੜ੍ਹਾਇਆ ਹੈਗਾ। ਦਿਨ ਨੂੰ ਉਹ ਟੀਚਿੰਗ ਦਾ ਕਰਦੇ ਸੀ, ਲੇਕਿਨ ਸ਼ਾਮ ਨੂੰ ਉਹ ਫਿਰ ਇਵੈਂਜਲਿਜ਼ਮ ਕਰਦੇ ਸੀਗੇ, ਹੈ ਨਾ, ਯਿਸੂ ਮਸੀਹ ਦਾ ਪੈਗਾਮ, ਉਹਨਾਂ ਦੀ ਮਤਲਬ ਖੁਸ਼ਖਬਰੀ ਲੈ ਕੇ ਲੋਕਾਂ ਦੇ ਘਰਾਂ 'ਚ ਜਾਂਦੇ ਸੀ, ਉੱਥੇ ਫਿਰ ਪ੍ਰਾਰਥਨਾ ਕਰਦੇ ਸੀਗੇ ਉਹਨਾਂ ਦੇ ਲਈ, ਬਿਮਾਰਾਂ ਦੇ ਲਈ। ਤਾਂ ਇਸੇ ਤਰ੍ਹਾਂ ਉਹਨਾਂ ਕਾਫੀ ਖੁਦਾ ਨੇ ਉਹਨਾਂ ਨੂੰ ਬਹੁਤ ਇਸਤੇਮਾਲ ਕੀਤਾ ਔਰ ਆਪਣੇ ਨੇਕਮਾਂ ਦੇ ਲਈ। ਅੱਛਾ, ਤਾਂ ਫਿਰ ਉਹ ਇੰਗਲੈਂਡ ਕਿੱਦਾਂ ਪਹੁੰਚੇ? ਇੰਗਲੈਂਡ ਉਹ ਕਿਉਂਕਿ ਇਸ ਤੋਂ ਪਹਿਲਾਂ ਉਹ ਆਰਮੀ ਦੇ ਵਿੱਚ ਸੀ ਸਾਡੇ ਡੈਡ, ਔਰ ਤੁਹਾਨੂੰ ਪਤਾ ਗੋਰਿਆਂ ਦੀ ਆਰਮੀ ਦੇ ਵਿੱਚ ਸੀ ਡੈਡ ਹੁਣੀ, ਉਦੋਂ ਗੋਰਿਆਂ ਨੇ ਫਿਰ ਲੋਕ ਕੱਢਿਆ ਸੀ ਜਿਹੜੇ ਮਤਲਬ ਆਰਮੀ ਦੇ ਵਿੱਚ ਆ ਜਾਂ ਟੀਚਰ ਹੈਗੇ ਆ ਜਾਂ ਜਿਹਨਾਂ ਕੋਲ ਕੁਆਲੀਫਿਕੇਸ਼ਨਸ ਹੈਗੇ ਆ ਉਹਨਾਂ ਦੇ ਲਈ ਉਹਨਾਂ ਨੇ ਵਾਊਚਰਸ ਭੇਜਣੇ ਸ਼ੁਰੂ ਕੀਤੇ ਸੀਗੇ। ਸੋ ਸਾਡੇ ਡੈਡ ਹੁਣਾਂ ਨੇ ਇਸੇ ਤਰ੍ਹਾਂ ਉਹਨਾਂ ਨੇ ਵਾਊਚਰ ਲਈ ਅਪਲਾਈ ਕੀਤਾ ਅਤੇ ਡੈਡ ਹੁਣਾਂ ਨੂੰ ਵਾਊਚਰ ਮਿਲਿਆ, ਲੇਕਿਨ ਡੈਡ ਹੁਣਾਂ ਨੇ ਉਹ ਆਪਣਾ ਵਾਊਚਰ ਜਿਹੜਾ ਸੀ ਸਾਡੇ ਤਾਏ ਜੀ ਹੁਣਾਂ ਨੂੰ, ਚਾਨਣ ਰਾਮ ਜੀ ਹੁਣਾਂ ਨੂੰ ਦਿੱਤਾ ਸੀਗਾ, ਆਪਣੀ ਟਿਕਟ ਵੀ ਉਹਨਾਂ ਨੂੰ ਦਿੱਤੀ ਸੀ। ਉਹ ਕਹਿੰਦੇ ਜਦ ਤੱਕ ਮੇਰਾ ਵੱਡਾ ਭਰਾ ਹੈਗਾ ਆ ਕਿ ਛੋਟੇ ਦਾ ਕੀ ਮਜ਼ਾਲ ਕਿ ਉਹ ਪਹਿਲੋਂ ਜਾਵੇ। ਸੋ ਉਹਨਾਂ ਨੇ ਬਹੁਤ ਆਪਣਾ ਇਸਤਕਬਾਲ ਦਿੱਤਾ ਸੀ, ਇੱਜ਼ਤ ਮਾਣ ਦਿੱਤਾ ਆਪਣੇ ਵੱਡੇ ਭਰਾ ਨੂੰ। ਸੋ ਸਾਡੇ ਤਾਇਆ ਜੀ ਪਹਿਲਾਂ ਇੱਥੇ ਚਾਨਣ ਰਾਮ ਜੀ ਪਹਿਲਾਂ ਉਹਨਾਂ ਲਈ ਉਹਨਾਂ ਨੇ ਸਾਰਾ ਇੰਤਜ਼ਾਮ ਕੀਤਾ ਸੀ, ਔਰ ਜਦ ਆਰਮੀ ਦੇ ਵਿੱਚ ਵੀ ਸੀ ਸਾਡੇ ਡੈਡ ਹੁਣਾਂ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਸੀਗੀ ਸਾਡੇ ਤਾਇਆ ਜੀ। ਬਹੁਤ ਹੀ ਕੁਰਬਾਨੀ ਅੱਛੀ ਕਿ ਵਾਊਚਰ ਸੀਗਾ ਮਾਸਟਰ ਜੀ ਦਾ, ਹਾਂਜੀ ਸਾਡੇ ਡੈਡੀ ਦਾ, ਹਾਂਜੀ, ਪਰ ਉਹਨਾਂ ਨੇ ਆਪਣੇ ਐਲਡਰ ਬ੍ਰਦਰ ਨੂੰ ਹੱਕ ਦੇ ਦਿੱਤਾ, ਹਾਂਜੀ, ਔਰ ਉਹਨਾਂ ਦਾ ਪਰਿਵਾਰ ਵੀ ਇੱਥੇ ਹੀ ਹੈ। ਹਾਂਜੀ ਹੁਣ ਅੱਜ, ਹਾਂਜੀ ਅੱਜ, ਹਾਂਜੀ ਉੱਥੇ, ਹਾਂਜੀ ਅੱਜ ਸਾਰੇ। ਸੋ ਉਹ ਆ ਗਏ, ਤਾਂ ਫਿਰ ਤੁਹਾਡੇ ਡੈਡੀ ਜੀ ਕਿਸ ਤਰ੍ਹਾਂ ਆਏ ਸੀ? ਫਿਰ ਡੈਡ ਹੁਣਾਂ ਨੂੰ ਫਿਰ ਇਹਨਾਂ ਨੇ ਫਿਰ ਆਪਣਾ ਮਿਹਨਤ ਕੀਤੀ, ਆਪਣੇ ਫਿਰ ਪੈਸੇ ਜੋੜੇ ਇਹਨਾਂ ਨੇ ਆਪਣੇ ਲਈ, ਆਪਣੀ ਮਤਲਬ ਕਿ ਟਿਕਟ ਵਾਸਤੇ ਇਹਨਾਂ ਨੇ ਫਿਰ ਆਪਣੇ ਪੈਸੇ ਜੋੜੇ, ਫਿਰ ਉਹ ਆਪਣੇ ਲਈ ਫਿਰ ਉਹਨਾਂ ਨੇ ਦੁਬਾਰਾ ਅਪਲਾਈ ਕੀਤਾ ਵਾਊਚਰ, ਅਤੇ ਫਿਰ ਉਹਨਾਂ ਨੂੰ ਦੁਬਾਰਾ ਵਾਊਚਰ ਦਿੱਤਾ ਗਿਆ ਸੀਗਾ, ਔਰ ਉਹ ਫਿਰ ਆਏ ਇੱਥੇ। ਠੀਕ ਹੈ, ਸੋ ਕਿੱਥੇ ਆਏ? ਬਰਮਿੰਘਮ ਆਏ? ਬਰਮਿੰਘਮ ਆਏ ਸੀਗੇ, ਹਾਂਜੀ। ਕੀ ਯਾਦਗਾਰ ਹੈਗੀ ਜਦੋਂ ਤੁਸੀਂ ਆਏ? ਜਦੋਂ ਅਸੀਂ ਆਏ, ਅਸੀਂ 1969 'ਚ ਆਪਣੇ ਮਾਮ ਦੇ ਪਾਸਪੋਰਟ 'ਤੇ ਉਦੋਂ ਸਾਰੇ ਬੱਚੇ ਆਉਂਦੇ ਹੁੰਦੇ ਸੀ ਜਿਹੜੇ ਅੰਡਰ ਦੀ ਏਜ 'ਤੇ ਜਿਹੜੇ ਸੀਗੇ, ਹਾਂਜੀ, ਔਰ ਭਾਮਤੀ ਪਹਿਲੋਂ ਆ ਗਏ ਸੀਗੇ। ਡੈਡ ਜਦੋਂ ਆਏ ਆ ਉਦੋਂ ਉਹਨਾਂ ਨੇ ਭਾਮਤੀ ਨੂੰ ਵੱਡੇ ਭਰਾ ਨੂੰ ਉਗਾ ਲਿਆ ਸੀਗਾ, ਲੇਕਿਨ ਅਸੀਂ ਜਿਹੜੇ ਸੀਗੇ ਚਾਰ ਜਣੇ ਅਸੀਂ ਮਾਮ ਦੇ ਪਾਸਪੋਰਟ 'ਤੇ ਆਏ ਹਾਂ। ਵੱਡੀ ਸਿਸਟਰ ਦੀ ਇੰਡੀਆ 'ਚ ਸ਼ਾਦੀ ਹੋ ਗਈ ਸੀ, ਇਸ ਕਰਕੇ ਉਹ ਇੱਥੇ ਆ ਨਹੀਂ ਸੀ ਸਕੇ ਸਾਡੇ ਨਾਲ, ਹਾਂਜੀ। ਜਦੋਂ ਫਿਰ ਅਸੀਂ, ਮੈਨੂੰ ਯਾਦਗਾਰ ਇਹੀ ਯਾਦ ਆ ਕਿਉਂਕਿ ਇੱਥੇ ਮਤਲਬ ਕਿ ਸਾਨੂੰ ਨਹੀਂ ਸੀ ਪਤਾ ਲੱਗਦਾ ਕਿ ਦਿਨ ਆ ਕਿ ਰਾਤ ਆ, ਕਿਉਂਕਿ ਧੁੰਦ ਪਈ ਹੋਈ ਸੀਗੀ ਅਤੇ ਕਾਫੀ ਬਰੀਕ ਬਰੀਕ ਬਾਰਿਸ਼ ਹੋ ਰਹੀ ਸੀਗੀ। ਸੋ ਸਾਨੂੰ ਪਤਾ ਨਹੀਂ ਸੀ ਲੱਗਦਾ, ਕਾਫੀ ਹਨੇਰਾ ਜਿਹਾ ਵੀ ਸੀਗਾ, ਪਤਾ ਨਹੀਂ ਲੱਗਦਾ। ਸਾਡੀ ਮਾਮ ਡੈਡ ਸਾਡੇ ਸ਼ੋਪਿੰਗ ਕਰਨ ਚਲੇ ਗਏ, ਮਾਮ ਨੇ ਸਾਨੂੰ ਬਿੱਡਾ 'ਚ ਸੜਾ ਦਿੱਤਾ, ਕਹਿੰਦੀ ਰਾਤ ਪਈ ਹੋਈ ਆ। ਡੈਡ ਸਾਡੇ ਆਏ, ਕਹਿੰਦੇ ਬੱਚੇ ਕਿੱਥੇ, ਕਹਿੰਦੀ ਮੈਂ ਸੜਾ ਦਿੱਤੇ ਕਿ ਹਨੇਰਾ ਹੋਇਆ ਪਿਆ ਰਾਤ। ਉਹ ਕਹਿੰਦੇ ਨਹੀਂ, ਜਗਾਓ ਉਹਨਾਂ ਨੂੰ ਜਾ ਕੇ ਕਿਉਂਕਿ ਇਹ ਦਿਨ ਹੈਗਾ। ਮਾਮ ਕਹਿੰਦੇ ਅੱਛਾ। ਉਸ ਵੇਲੇ ਫਿਰ ਮਤਲਬ ਫੌਗ ਦੇ ਵਿੱਚ ਪਤਾ ਨਹੀਂ ਲੱਗਦਾ ਸੀ, ਹਾਂਜੀ। ਬੜਾ ਵੈਸੇ ਜਦੋਂ ਨਵੇਂ ਨਵੇਂ ਇੱਧਰ ਆਉਂਦੇ ਸੀਗੇ ਆਪਾਂ, ਤਾਂ ਕਾਫੀ ਹਲਚਲ ਹੋ ਰਹੀ ਸੀਗੀ
ਕਿਉਂਕਿ ਮੌਸਮ ਵੀ ਫਰਕ ਸੀ ਔਰ ਲੈਂਗੁਏਜ ਵੀ ਫਰਕ ਹੋਣੀ, ਹਾਂਜੀ ਬਹੁਤ ਰਿਵਾਜ਼ ਵੀ ਫਰਕ ਸੀਗੇ, ਬਹੁਤ ਮਿਸ ਕੀਤਾ ਸੀ, ਹਾਂਜੀ ਬਹੁਤ ਮਿਸ ਕੀਤਾ ਸੀ ਆਪਣੀ ਇੰਡੀਆ ਨੂੰ ਉਦੋਂ, ਕਿਉਂਕਿ ਬਚਪਨ ਸਾਡਾ ਉੱਥੇ ਸੀ, ਸਾਡੇ ਫਰੈਂਡਸ ਉੱਥੇ ਸੀ, ਦਾਦੀ ਦਾਦੇ ਕੋਲੋਂ ਬਹੁਤ ਸਾਨੂੰ ਪਿਆਰ ਮਿਲਿਆ ਹੋਇਆ ਸੀਗਾ, ਹਰ ਵੇਲੇ ਸਾਨੂੰ ਆਪਣੇ ਗੱਲ ਨਾਲ ਲਾ ਕੇ ਰੱਖਦੇ ਸੀਗੇ, ਸਾਡੀ ਹਰ ਇੱਕ ਖਵਾਹਿਸ਼ ਪੂਰੀ ਕਰਦੇ ਸੀ ਭਾਵੇਂ ਕਿਤੇ ਉਹ ਕਰਦੇ ਸੀ, ਅਤੇ ਸਾਨੂੰ ਬਹੁਤ ਯਾਦ ਆਉਂਦੀ ਸੀ ਚਾਚੇ ਚਾਚੀਆਂ ਦੀ, ਸਾਨੂੰ ਬਹੁਤ ਆਪਣੇ ਮਤਲਬ ਟੱਬਰਾਂ ਦੀ ਸਾਨੂੰ ਯਾਦ ਆਉਂਦੀ ਸੀ ਪਿੱਛੇ, ਇੱਥੇ ਕਾਫੀ ਹਾਰਡ ਸੀਗੀ ਉਸ ਵੇਲੇ, ਉਸ ਵੇਲਾ ਸਾਨੂੰ ਮਤਲਬ ਕਿ ਇੱਥੇ ਇੰਨੀ ਇੰਗਲਿਸ਼ ਵੀ ਨਹੀਂ ਸੀ ਆਉਂਦੀ ਬੋਲਣੀ, ਅਤੇ ਸਮਝ ਨਹੀਂ ਸੀ ਆਉਂਦੀ, ਸਕੂਲਾਂ 'ਚ ਪੈ ਗਏ, ਫਿਰ ਅਸੀਂ ਚਲੋ ਸਾਨੂੰ ਆਸਤਾ ਆਸਤਾ ਸਾਨੂੰ ਖੁਦਾ ਨੇ ਮੁੱਢ ਤੋਂ ਹੀ ਸਾਡੀ, ਕਿਉਂਕਿ ਉਹ ਕਹਿੰਦਾ ਕਿ ਤੁਹਾਡੀ ਜ਼ਿੰਦਗੀ ਜਿਹੜੀ ਆ ਉਹਦੀ ਯੋਜਨਾ ਉਹਨੇ ਤਿਆਰ ਕੀਤੀ ਹੋਈ ਆ, ਸੋ ਖੁਦਾਵਨ ਨੇ ਸਾਨੂੰ ਬਹੁਤ ਅੱਛੀ ਤਰ੍ਹਾਂ ਅੱਛੇ ਲੋਕਾਂ ਦੇ ਨਾਲ ਸਾਡੀ ਮੁਲਾਕਾਤ ਮੁੜ ਤੋਂ ਕਰਾਈ। ਸੋ ਕੰਮ ਕਾਰ ਫਿਰ ਇੱਥੇ ਇੱਥੇ ਆਣ ਕੇ ਫਿਰ ਮੈਂ 16-17 ਸਾਲਾਂ ਦੀ ਜਦੋਂ ਸਕੂਲ 'ਚੋਂ ਨਿਕਲੀ ਹਾਂ ਉਦੋਂ ਫਿਰ ਮੈਂ ਉਦੋਂ ਤੋਂ ਫੈਕਟਰੀਆਂ ਵਗੈਰਾ ਹੁੰਦੀਆਂ ਸੀਗੀਆਂ, ਮੈਂ ਫਿਰ ਜ਼ਿਆਦਾ ਮਤਲਬ ਕਿ ਤਲੀਮ ਦੇ ਵਿੱਚ ਨਹੀਂ ਗਈ ਹੈਗੀ, ਅਤੇ ਫਿਰ ਜ਼ਿਆਦਾ ਕਰਕੇ ਫਿਰ ਮੈਂ ਬਸ ਕੰਮ ਕਾਰ 'ਚ ਹੀ 16 ਸਾਲਾਂ ਦੀ 'ਚੋਂ ਫਿਰ ਕਰਦੀ ਰਹੀ ਹਾਂ। ਹਾਂਜੀ ਐਜੂਕੇਸ਼ਨ ਵੀ ਤੁਸੀਂ ਕੀਤੀ ਤੁਹਾਡੀ? ਐਜੂਕੇਸ਼ਨ ਇੱਥੋਂ ਮੈਂ ਕੀਤੀ, ਹਾਂਜੀ ਉਦੋਂ ਸੀ ਐੱਸ ਈਜ਼ ਸੀਗੇ ਉਹ ਮੇਰੇ ਪਾਸ ਹੋਏ ਸੀਗੇ, ਹਾਂਜੀ ਗ੍ਰੇਡ ਅੱਛੇ ਗ੍ਰੇਡ ਲਏ, ਅਤੇ ਡੈਡ ਹੋਣਾ ਨੇ ਫਿਰ ਮੈਨੂੰ ਆਪਣਾ ਗ੍ਰੇਟ ਬਾਰ ਦੇ ਵਿੱਚ ਬਰੁਕਲੀਨ ਕੋਲਜ ਸੀਗਾ ਉੱਥੇ ਮੈਨੂੰ ਪਾਇਆ ਸੀਗਾ, ਸਾਰੇ ਜਿੱਥੇ ਭੈਣ ਭਰਾ ਜਾਂਦੇ ਸੀ ਹੋਰ ਵੀ ਨਾਲ, ਅਤੇ ਲੇਕਿਨ ਮੇਰਾ ਉੱਥੇ ਫਿਰ ਦਿਲ ਨਹੀਂ ਲੱਗਿਆ ਹੈਗਾ, ਮੇਰਾ ਫਿਰ ਐਜੂਕੇਸ਼ਨ ਦੇ ਵਿੱਚ ਫਿਰ ਮੇਰੇ ਉਹ ਸੁਤਾ ਨਹੀਂ ਰਹੀ ਹੈਗੀ, ਮਤਲਬ ਕੰਮ ਦੀ ਆਦਤ ਪੈ ਗਈ। ਹਾਂਜੀ ਕੰਮਾਂ ਦੀ ਆਦਤ ਪੈ ਗਈ ਘਰ 'ਚ ਰਹਿਣ ਦੀ, ਕਿਉਂਕਿ ਉਸ ਵੇਲਾ ਭਰਾਵਾਂ ਦੀ ਸ਼ਾਦੀ ਹੋ ਚੁੱਕੀ ਸੀਗੀ, ਅਤੇ ਬੱਚੇ ਸਾਡੇ ਘਰ 'ਚ ਪ੍ਰਭੂ ਨੇ ਬਰਕਤ ਦਿੱਤੀ ਹੋਈ ਸੀਗੀ, ਫਿਰ ਮੈਨੂੰ ਮੇਰਾ ਆਪਣਾ ਵੀ ਹਾਲੇ ਬਚਪਨ ਹੀ ਸੀਗਾ ਵਿੱਚ। ਅਤੇ ਤੁਹਾਡੇ ਬਚਪਨ ਦੇ ਵਿੱਚੋਂ ਫਿਰ ਤੁਹਾਡੀ ਮੈਰਿਜ ਬਾਰੇ ਦੱਸੋ ਕਿ? ਹਾਂਜੀ ਮੇਰੀ ਸ਼ਾਦੀ ਹੋਈ, ਹਾਂਜੀ ਉਹ ਅਰੇਂਜ ਮੈਰਿਜ ਸੀ ਉਹਨਾਂ ਦਿਨਾਂ ਦੇ ਵਿੱਚ, ਤੁਹਾਨੂੰ ਪਤਾ ਅਰੇਂਜ ਮੈਰਿਜਾਂ ਜਿਹੜੀਆਂ ਇੰਡੀਆ ਦੇ ਵਿੱਚ ਸੀਗੀ ਉਦੋਂ, ਬੱਚਾ ਕੋਈ ਵੀ ਸਵਾਲ ਜਵਾਬ ਨਹੀਂ ਸੀ ਕਰਦੇ ਆਪਣੇ ਮਾਂ ਬਾਪ ਨੂੰ, ਅੱਜ ਕੱਲ੍ਹ ਸਮੇਂ ਬਹੁਤ ਚੇਂਜ ਹੋ ਗਏ ਆ। ਹਾਂਜੀ ਔਰ 2 ਬੱਚੇ? ਹਾਂਜੀ ਮੇਰੇ 2 ਬੱਚੇ ਹੈਗੇ ਆ। ਹਾਂਜੀ ਖੁਦਾ ਦਾ ਬਹੁਤ ਹੀ ਜਿੱਦਾਂ ਕਹਿੰਦੇ ਜਿਹੜੀ ਤੁਸੀਂ ਇੱਕ ਤਰ੍ਹਾਂ ਦੀ ਪਿਕਚਰ ਪੇਂਟ ਕੀਤੀ ਹੈਗੀ ਆ, ਉਹਦੇ ਵਿੱਚ ਅਸੀਂ ਇਹ ਦੇਖਦੇ ਹੈਗੇ ਹਾਂ ਕਿ ਸਿਸਟਰ ਜੀ ਬੜੇ ਯੰਗ ਉਮਰ ਦੇ ਵਿੱਚੋਂ ਇੰਡੀਆ ਤੋਂ ਇੱਥੇ ਆ ਕੇ ਸੈਟਲ ਹੋਏ, ਔਰ ਸੈਟਲ ਹੋ ਕੇ ਇੱਥੇ ਇਹਨਾਂ ਨੇ ਆਪਣਾ ਪੂਰਾ ਜਿੱਦਾਂ ਕਹਿੰਦੇ ਹੁੰਦੇ ਵੀ ਲਾਈਫ ਨੂੰ ਬੇਸ ਕੀਤਾ, ਔਰ ਇੱਥੇ ਰਹਿ ਕੇ ਕੰਮ ਕਾਰ ਕੀਤਾ, ਸ਼ਾਦੀ ਵੀ ਹੋ ਗਈ, ਬੱਚੇ ਵੀ ਆ ਗਏ ਹੈਗੇ। ਇਹ ਤਾਂ ਹੈਗੀ ਆ ਜੀਵਨ ਦੀ ਜਿੱਦਾਂ ਕਹਿੰਦੇ ਹੁੰਦੇ ਸਫ਼ਰ। ਹਾਂਜੀ ਜਦੋਂ ਮੈਨੂੰ ਇਹ ਦੱਸੋ ਕਿ ਤੁਹਾਡਾ ਆਤਮਿਕ ਸਫ਼ਰ ਕਿੱਦਾਂ ਸ਼ੁਰੂ ਹੋਇਆ? ਹਾਂਜੀ ਖੁਦਾਵੰਦ ਯਿਸੂ ਮਸੀਹ ਤੁਹਾਡੀ ਉਦੋਂ ਤੁਸੀਂ ਖੁਦਾਵੰਦ ਯਿਸੂ ਮਸੀਹ ਦੇ ਵਿੱਚ ਇੱਕ ਖਾਨਦਾਨ ਦੇ ਵਿੱਚ ਪੈਦਾ ਹੋਏ ਸੀ, ਪਰ ਤੁਸੀਂ ਪਰਸਨਲੀ ਕਿੱਦਾਂ ਆਏ? ਗੱਲ ਇੱਦਾਂ ਆ ਪਾਸੂ ਜੀ ਕਿ ਅਸੀਂ ਭਾਵਾਂ ਬੇਸ਼ੱਕ ਅਸੀਂ ਦਾਦੇ ਪੜਦਾਦੇ ਤੋਂ ਅਸੀਂ ਮਸੀਹਤ ਦੇ ਵਿੱਚ ਚੱਲ ਰਹੇ ਹਾਂ, ਲੇਕਿਨ ਜਦ ਤੱਕ ਤੁਹਾਡਾ ਪਰਸਨਲੀ ਜਿਹੜਾ ਹੈਗਾ ਹੈ ਪਰਸਨਲ ਰਿਲੇਸ਼ਨਸ਼ਿਪ ਹੋਣੀ ਮਸੀਹ ਦੇ ਨਾਲ, ਖੁਦਾ ਬਾਪ ਅਸਮਾਨੀ ਦੇ ਨਾਲ, ਉਹਨੂੰ ਜਾਣਨ ਦੀ ਲੋੜ ਜਿਹੜੀ ਹੈਗੀ ਉਹ ਸਾਨੂੰ ਹਰ ਇੱਕ ਇੰਡੀਵਿਜੁਅਲ ਦੀ ਲੋੜ ਹੈਗੀ ਆ, ਸਾਨੂੰ ਉਹ ਇਕੱਲੇ ਇਕੱਲੇ ਨੂੰ ਪ੍ਰਭੂ ਦੇ ਵਿੱਚ ਜਾਣਨ ਦੀ ਲੋੜ ਹੈਗੀ ਆ। ਸੋ ਇਸੇ ਤਰ੍ਹਾਂ ਜਦੋਂ ਅਸੀਂ ਐਲਬਰਟ ਰੋਡ 'ਤੇ ਸੀ, ਜਿੱਦਾਂ ਹੁਣ ਬਚਪਨ 'ਚ ਅਸੀਂ ਇੱਥੋਂ ਆਏ ਹੈਗੇ, ਮੈਂ ਛੋਟੀ ਉਮਰ 'ਚ ਆਈ ਸੀਗੀ ਜਿੱਦਾਂ ਆਪਣੇ ਤੁਸੀਂ ਦੱਸਿਆ, ਔਰ ਅਸੀਂ ਚਰਚ 'ਚ ਇੱਥੇ ਫਿਰ ਉਦੋਂ ਹੁੰਦੇ ਸੀਗੇ ਅੰਕਲ ਹੋਣੀ, ਉਹਨਾਂ ਕੋਲ ਵੈਨ ਹੁੰਦੀ ਸੀ, ਉਹਦਾ ਜੋਬ ਸੀਗੀ ਹਰ ਸੰਡੇ ਉਹਨੇ ਤੜਕੇ ਉੱਠ ਕੇ ਉਹਨੇ ਸਾਰੇ ਲੋਕਾਂ ਆਪਣੇ ਮਸੀਹਾਂ ਘਰਾਂ ਦੇ ਵਿੱਚ ਜਾ ਕੇ ਸਾਰਿਆਂ ਨੂੰ ਇਕੱਠੇ ਕਰਕੇ ਚਰਚ 'ਚ ਉਹਦੀ ਡਿਊਟੀ ਹੁੰਦੀ ਸੀ ਲੈ ਕੇ ਜਾਣ ਦੀ, ਅੰਕਲ ਤਫੈਲ ਸੀਗੇ ਉਹਨਾਂ ਦੀ ਡਿਊਟੀ ਸੀ। ਖੁਦਾਵੰਦ ਉਹਨਾਂ ਨੂੰ ਬਹੁਤ ਸਾਰੀ ਬਰਕਤ ਉਹਨਾਂ ਦੇ ਬੱਚਿਆਂ ਨੂੰ ਦੇਵੇ ਬਰਕਤ ਪ੍ਰਭੂ, ਹਾਂਜੀ ਕਿਉਂਕਿ ਉਹਨਾਂ ਨੇ ਬਹੁਤ ਮਿਹਨਤ ਕੀਤੀ ਸੀਗੀ। ਹਾਂਜੀ ਸੋ ਤੁਸੀਂ ਐਲਬਰਟ ਰੋਡ ਹੈਂਡਸਵਰਥ ਦੇ ਵਿੱਚ ਰਹਿੰਦੇ ਸੀਗੇ, ਹਾਂਜੀ ਤਾਂ ਠੀਕ ਹੈ ਉਹ ਵੀ ਚਰਚ ਲੈ ਕੇ ਜਾਂਦੇ ਸੀ, ਪਰ ਤੁਹਾਡਾ ਜਿੱਦਾਂ ਕਹਿੰਦੇ ਹੁੰਦੇ ਵੀ ਪਿਆਰ ਮੁਹੱਬਤ ਲਗਨ ਬਪਤਿਸਮਾ ਖੁਦਾਵੰਦ ਯਿਸੂ ਮਸੀਹ ਨਾਲ ਕਿੱਦਾਂ ਇਹ ਵਧਿਆ? ਕਿੱਦਾਂ ਉਹ ਇੱਦਾਂ ਫਿਰ ਜਦੋਂ ਅਸੀਂ ਐਲਬਰਟ ਰੋਡ 'ਤੇ ਮੂਵ ਹੋਏ ਇੱਥੇ ਹੈਂਡਸਵਰਥ, ਅਤੇ ਉਦੋਂ ਸਾਡੇ ਡੈਡ ਜਿਹੜੇ ਸੀਗੇ ਸਾਨੂੰ ਘਰ ਦੇ ਵਿੱਚ, ਅਸੀਂ ਚਰਚ ਵੀ ਜਾਂਦੇ ਹੁੰਦੇ ਸੀ ਉਦੋਂ, ਆਪਾਂ ਸਾਰੇ ਵੈਸਟ ਬ੍ਰੋਮ ਵਾਲੇ ਬੀਚਿਸ ਚਰਚ 'ਚ ਸਾਰੇ ਆਪਣੇ ਕਮਿਊਨਿਟੀ ਉੱਥੇ ਜਾਂਦੀ ਸੀਗੀ, ਲੇਕਿਨ ਘਰ ਦੇ ਵਿੱਚ ਆ ਕੇ ਡੈਡ ਨੇ ਹਰ ਸੰਡੇ ਸ਼ਾਮ ਨੂੰ ਸਾਨੂੰ ਉੱਥੇ ਉਹਨਾਂ ਨੇ ਐਂਡ ਟਾਈਮ ਦੇ ਜਿਹੜੇ ਅਸੀਂ ਅੱਜ ਦੇਖ ਰਹੇ ਹਾਂ, ਐਂਡ ਟਾਈਮ ਦਾ ਕਲਾਮ ਜਿਹੜਾ ਅਸੀਂ ਸੁਣ ਰਹੇ ਹਾਂ,
ਉਹਨਾਂ ਦਿਨਾਂ ਦੇ ਵਿੱਚ 1972, 73, 74, 75 ਵਿੱਚ ਸਾਡੇ ਡੈਡ ਸਾਨੂੰ ਦੱਸਦੇ ਹੁੰਦੇ ਸੀਗੇ ਔਰ ਉਹਨਾਂ ਨੇ ਘਰ 'ਚ ਵੀ ਬੰਦਗੀ ਕਰਾਉਣੀ। ਅਸੀਂ ਕਹਿਣਾ ਡੈਡ ਅਸੀਂ ਚਰਚੋਂ ਹੁਣਿਆ ਹੋ ਕੇ ਆਏ ਹਾਂ, ਤੁਸੀਂ ਹੁਣ ਫਿਰ ਘਰ ਬੰਦਗੀ ਲਾ ਲਈ। ਕਹਿਣਾ ਜੋ ਮੈਂ ਸਿਕਸ਼ਾ ਤੁਹਾਨੂੰ ਦੇਣੀ ਆ ਉਹ ਤੁਹਾਨੂੰ ਚਰਚ 'ਚ ਨਹੀਂ ਮਿਲਣੀ ਹੈਗੀ, ਬਿਕੋਜ਼ ਇਹ 1-to-1 ਆ ਤੁਹਾਡੇ ਲਈ ਸਿਕਸ਼ਾ। ਸੋ ਉਦੋਂ ਸਾਨੂੰ ਸਿਕਸ਼ਾ ਕਾਫੀ ਮਿਲੀ ਹੈਗੀ ਆ ਸਾਡੇ ਵਲੀਦਾਨ ਕੋਲੋਂ, ਸਾਡੇ ਡੈਡ ਹੋਣਾ ਕੋਲੋਂ। ਲੇਕਿਨ ਫਿਰ ਆਏ ਸੀ ਸਾਡੇ ਪਾਕਿਸਤਾਨ 'ਚੋਂ ਬ੍ਰਦਰ ਹਮੀਦ ਜੀ, ਔਰ ਉਹਨਾਂ ਨੇ ਫਿਰ ਆਣ ਕੇ, ਜਦੋਂ ਉਹਨਾਂ ਨੇ ਆਣ ਕੇ ਪੈਗਾਮ ਸੁਣਾਇਆ, ਖੁਦਾਵੰਦ ਦੀ ਖੁਸ਼ਖਬਰੀ ਸਾਨੂੰ ਦੱਸੀ ਆ, ਔਰ ਉਦੋਂ ਸਾਡੀਆਂ ਅੱਖਾਂ ਖੁੱਲੀਆਂ ਹੈਗੀਆਂ ਆ, ਔਰ ਉਦੋਂ ਹੀ ਅਸੀਂ ਫਿਰ ਆਤਮਿਕ ਜੀਵਨ ਸਾਡਾ ਉਦੋਂ ਸ਼ੁਰੂ ਹੋਇਆ ਹੈਗਾ ਆ ਜਦੋਂ ਉਹਨਾਂ ਨੇ ਆਣ ਕੇ ਯਿਸੂ ਮਸੀਹ ਦੀ ਖੁਸ਼ਖਬਰੀ। ਉੱਦਾਂ ਉਲ ਦਊ ਸਾਡੇ ਘਰ ਦੇ ਵਿੱਚ ਬਹੁਤ ਬੰਦਗੀ ਹੁੰਦੀ ਸੀ, ਰਾਤ ਦਿਨ ਬੰਦਗੀ ਹੁੰਦੀ ਸੀਗੀ। ਪਾਸਟਰ ਜੀ ਐਲਬਰਟ ਹੋਣੀ ਸਾਰੇ, ਮਤਲਬ ਬਹੁਤ ਸਾਰੀਆਂ ਉਦੋਂ ਆਪਣੀਆਂ ਫੈਮਲੀਆਂ ਸੀ ਜਿਹੜੀਆਂ ਆਣ ਕੇ ਇੱਥੇ ਐਲਬਰਟ ਰੋਡ 'ਤੇ ਸਾਡੇ ਘਰ ਦੇ ਵਿੱਚ ਅਸੀਂ ਰਲ ਕੇ ਬੰਦਗੀ ਕਰਦੇ ਸੀਗੇ। ਅਤੇ ਲੇਕਿਨ ਜਿਹੜੀ ਜਾਗਰੂਕੀ ਆਈ ਆ, ਰੂਹਾਨੀ ਜਾਗਰੂਕੀ, ਉਹ ਉਦੋਂ ਆਈ ਆ ਜਦੋਂ ਬ੍ਰਦਰ ਜੀ ਹਮੀਦ ਆਏ ਆ, ਖੁਦਾਵੰਦ ਦਾ ਪੈਗਾਮ ਲੈ ਕੇ ਆਏ ਆ ਉਹ, ਔਰ ਉਦੋਂ ਹੀ ਅਸੀਂ ਫਿਰ ਬਹੁਤ ਅੱਛੀ ਪ੍ਰਭੂ ਦੇ ਵਿੱਚ ਆਏ। ਮੈਂ ਕਹਿੰਦਾ ਬਹੁਤ ਬਰਕਤ ਵਾਲੀ ਗੱਲ, ਔਰ ਉਸ ਵੇਲੇ ਜ਼ਮਾਨਾ ਵੀ ਬਹੁਤ ਹੀ ਹੈਪੀ ਡੇਜ਼ ਸੀਗੇ। ਅੱਛਾ, ਜਿੱਥੇ ਖੁਦਾ ਦਾ ਕੰਮ ਹੁੰਦਾ ਮੇਰੀ ਭੈਣ, ਹਾਂਜੀ, ਉੱਥੇ ਸ਼ੈਤਾਨ ਨੇ ਵੀ ਕੰਮ ਕਰਨਾ ਹੈਗਾ। ਹਾਂਜੀ, ਕਦੀ ਟਾਈਮ ਆਇਆ ਹੈਗਾ ਕਿ ਜਦੋਂ ਤੁਸੀਂ ਬੋਰਨ ਵੀ ਹੋਏ, ਬੈਪਟਾਈਜ਼ ਵੀ ਹੋ ਗਏ ਖੁਦਾਵੰਦ ਯਿਸੂ ਮਸੀਹ ਦੇ, ਤੇ ਜਦੋਂ ਤੁਸੀਂ ਖੁਦੋੜਾ ਖੁਦਾਵੰਦ ਤੋਂ ਪਰੇ ਹੋਏ? ਖੁਦਾ ਨੇ, ਹਾਂਜੀ, ਇਹ ਹਰ ਇੱਕ, ਮੇਰਾ ਖਿਆਲ ਆ ਕਿ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਵੱਖਰੋ ਵੱਖਰੀ ਐਕਸਪੀਰੀਅੰਸ ਹੁੰਦੀ ਹੈਗੀ ਆ, ਵੱਖਰੋ ਵੱਖਰੀ ਸਾਡੀ ਜ਼ਿੰਦਗੀ ਦਾ ਕੁਛ ਐਸਾ ਸਮਾਂ ਆ ਜਾਂਦਾ ਜੋ ਕਈਆਂ ਦੇ ਟ੍ਰੈਜਡੀ ਹਾਸਤਾ ਹੋ ਜਾਂਦਾ ਹੈਗਾ, ਕਿਉਂਕਿ ਅਸੀਂ ਪਹਿਲੀ ਮੌਤ ਜਿਹੜੀ ਆ ਸਾਡੀ ਕਲੋਜ਼ ਜਿਹੜੀ ਸੀਗੀ ਮੌਤ ਅਸੀਂ ਦੇਖੀ ਹੈਗੀ ਆ, ਉਹ ਸਾਡੇ ਫਾਦਰ ਜੀ ਦੀ ਸੀਗੀ। 1980 ਦੇ ਵਿੱਚ ਉਹਨਾਂ ਦੀ ਜਿੱਦਾਂ ਡੈਥ ਹੋਈ ਹੈਗੀ ਆ, ਅਤੇ ਅਸੀਂ ਮਤਲਬ ਕਿ ਕਿਉਂਕਿ ਉਹ ਵੱਡੇ ਸੀਗੇ, ਸਾਡੇ ਫਾਦਰ ਸੀਗੇ, ਘਰ ਦਾ ਸਾਰਾ ਕੁਛ ਉਹੀ ਚੱਕਰ ਚੱਕਦੇ ਸੀ, ਦੇਖਦੇ ਸੀ, ਸਾਨੂੰ ਕਿਸੇ ਚੀਜ਼ ਦਾ ਫਿਕਰ ਨਹੀਂ ਸੀ ਹੁੰਦਾ। ਔਰ ਉਹ ਇੱਕਦਮ ਜਦੋਂ ਸਾਡੇ ਕੋਲੋਂ ਉਹ ਚਲੇ ਗਏ ਤਾਂ ਸਾਡੇ ਅੱਖਾਂ ਦੇ ਮੋਹਰੇ ਇੱਕਦਮ ਸਾਡੀ ਜ਼ਿੰਦਗੀ 'ਚ ਇੱਕਦਮ ਨੇਰ ਆ ਗਿਆ, ਹੈ ਨਾ, ਕਿਉਂਕਿ ਪ੍ਰਪੇਅਰਡ ਨਹੀਂ ਸੀ ਅਸੀਂ ਇੱਦਾਂ ਦੇ। ਬਹੁਤ ਸਾਨੂੰ ਮਤਲਬ ਕਿ ਸ਼ੌਕ ਲੱਗਿਆ, ਦੁੱਖ ਲੱਗਿਆ, ਅਤੇ ਉਦੋਂ ਫਿਰ ਚਲੋ ਮੈਂ ਖੁਦਾ ਦੇ ਨਾਲ, ਜਿੱਦਾਂ ਕਹਿ ਦਿੰਦੇ ਕਿ ਮੈਂ ਚੁੱਪ ਚਾਪ ਚੱਲਣ ਲੱਗ ਗਈ ਸੀ ਖੁਦਾ ਦੇ ਨਾਲ, ਕਿ ਮੈਂ ਖੁਦਾ ਮੇਰੇ ਦਿਲ ਨੂੰ ਜਾਣਦਾ ਸੀਗਾ, ਕਿਉਂਕਿ ਖੁਦਾ ਨੇ ਸਾਡੇ ਦਿਲਾਂ ਅਤੇ ਗੁਰਦਿਆਂ ਨੂੰ ਬਣਾਇਆ ਔਰ ਉਹ ਜਾਂਚਦਾ ਵੀ ਆ ਸਾਨੂੰ। ਲੇਕਿਨ ਉਦੋਂ ਫਿਰ ਮੈਂ ਮਤਲਬ ਕਿ ਇੱਕ ਕਿਸਮ ਦਾ ਤੁਸੀਂ ਕਹਿ ਲਓ ਕਿ ਮੈਂ ਕਿਉਂਕਿ ਉਹ ਸਭ ਤੋਂ ਵੱਡਾ ਮੇਰਾ ਅਸਮਾਨੀ ਬਾਪ ਆ, ਪਹਿਲਾਂ ਮੇਰਾ ਬਾਪ ਉਹ ਆ, ਹੈ ਨਾ, ਪਰ ਉਹ ਸਾਡਾ ਅਸਮਾਨੀ ਬਾਪ ਬਹੁਤ ਹੀ ਚੰਗਾ ਆ ਸਾਡੇ ਨਾਲ, ਹੈ ਨਾ, ਕਿ ਅਸੀਂ ਉਹਦੇ ਨਾਲ ਗੁੱਸੇ ਵੀ ਹੋ ਜਾਂਦੇ, ਉਹ ਤਾਂ ਸਾਨੂੰ ਫਿਰ ਵੀ ਗੁੱਸਾ ਨਹੀਂ ਕਰਦਾ ਸਾਡੇ ਨਾਲ। ਸੋ ਰੀਕਮਿਟਮੈਂਟ ਹੋ ਗਈ, ਫਿਰ ਤੁਸੀਂ ਮਾਫੀ ਮੰਗੀ ਖੁਦਾ ਦੇ ਕੋਲੋਂ, ਫਿਰ ਮੁੜ ਕੇ ਤੁਸੀਂ ਆਏ। ਹਾਂਜੀ, ਹੁਣ ਜਿੱਦਾਂ ਕਹਿੰਦੇ ਹੁੰਦੇ ਵੀ ਹੁਣ ਤੁਸੀਂ ਚਰਚ ਵੀ ਜਾਂਦੇ ਹੈਗੇ, ਹਾਂਜੀ, ਤੁਸੀਂ ਆਪਣੇ ਚਰਚ ਜਾਂਦੇ ਹੈਗੇ ਆ, ਰੀਕਮਿਟ ਹੋਏ ਹੋਏ ਹੈਗੇ ਆ, ਔਰ ਗਾਂ ਵੱਧ ਰਹੇ ਹੈਗੇ ਆ, ਹਾਂਜੀ, ਔਰ ਖੁਦਾ ਤੁਹਾਨੂੰ ਇਸਤੇਮਾਲ ਕਰਦਾ ਹੈਗਾ ਆ, ਤਾਂ ਤੁਸੀਂ ਹੁਣ ਦੱਸੋ ਕਿ ਯੂਅਰ ਅ ਵੈਰੀ ਬਿਜ਼ੀ ਲੇਡੀ, ਵੀ ਤੁਸੀਂ ਘਰ ਦੇ ਵਿੱਚ ਆਪਣੀ ਪ੍ਰੇਅਰ ਸੈੱਲ ਗਰੁੱਪ ਵਿੱਚ ਸਾਨੂੰ ਦੱਸੋ ਵੀ ਉਹ ਤੁਸੀਂ ਕੀ ਕਰਦੇ ਆ? ਹਾਂਜੀ, ਇਹ ਵੀ ਮੈਨੂੰ ਮਤਲਬ ਕਿ ਜਿਸ ਤਰ੍ਹਾਂ ਕਿ ਆਪਾਂ ਜ਼ਿੰਦਗੀ ਦੇ ਵਿੱਚ ਦੀ ਨੰਗੇ ਹੈਗੇ ਆ ਕਿ ਖੁਦਾ ਤੋਂ ਗੁੱਸੇ ਵੀ ਹੋਏ ਹੈਗੇ ਆ, ਨਾਰਾਜ਼ ਵੀ ਹੋਏ ਹੈਗੇ ਆ, ਖੁਦਾਵੰਦ ਨੇ ਦੇ ਨਾਲ ਫਿਰ ਰਿਸ਼ਤਾ ਵੀ ਜੋੜਿਆ, ਕਿਉਂਕਿ ਖੁਦਾਵੰਦ ਤੋਂ ਬਿਨਾਂ ਅਸੀਂ ਕੁਛ ਨਹੀਂ ਕਰ ਸਕਦੇ, ਹੈ ਨਾ। ਆਖਰ ਨੂੰ ਮੈਂ ਫਿਰ ਖੁਦਾ ਦੇ ਅੱਗੇ ਜਾ ਕੇ ਤੌਬਾ ਕੀਤੀ, ਮੈਂ ਕਿਹਾ ਪਰਮ ਪਿਤਾ ਪਰਮੇਸ਼ਵਰ, ਤੁਸੀਂ ਮੇਰੇ ਅਸਮਾਨੀ ਬਾਪ ਆ, ਮੈਂ ਇਹ ਦੁਨੀਆ ਮੇਰੀ ਨਹੀਂ ਹੈਗੀ, ਤਾਂ ਨਾ ਇਹਨਾਂ ਦੇ ਨਾਲ ਮੇਰਾ ਗੁਜ਼ਾਰਾ ਆ, ਮੈਂ ਤੁਹਾਡੇ ਤੋਂ ਬਿਨਾਂ ਨਹੀਂ ਹੈਗੀ, ਤੁਹਾਡੇ ਤੋਂ ਬਿਨਾਂ, ਖੁਦਾਵੰ ਯਿਸੂ ਮਸੀਹ ਤੋਂ ਬਿਨਾਂ, ਅਸਮਾਨੀ ਬਾਪ ਤੋਂ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਆ, ਅਸੀਂ ਚੱਲ ਨਹੀਂ ਸਕਦੇ ਜਿੰਨਾ ਚਿਰ ਸਾਡਾ ਖੁਦਾ ਸਾਡੇ ਨਾਲ ਨਹੀਂ ਆ। ਸੋ ਜਦੋਂ ਫਿਰ ਮੈਂ ਇਸੇ ਤਰ੍ਹਾਂ ਕੀਤੀ, ਅਤੇ ਖੁਦਾਵੰਦ ਇੱਕ ਬਹੁਤ ਹੀ ਅੱਛੀ ਭੈਣ ਮੈਨੂੰ ਦਿੱਤੀ, ਜਿਹੜੀ ਜਿਹਦੇ ਨਾਲ ਮੈਂ ਬਹੁਤ ਸਾਲ ਕੰਮ ਵੀ ਕੀਤਾ, ਕਿ ਉਹਨੂੰ 1987 ਤੋਂ ਮੈਂ ਉਹਨੂੰ ਜਾਣਦੀ ਸੀਗੀ ਉਸ ਭੈਣ ਦੇ ਨਾਲ। ਫਿਰ ਖੁਦਾਵੰਦ ਨੇ ਜਦੋਂ ਮੈਂ ਗ੍ਰੇਟ ਬਾਰ 'ਚ ਮੂਵ ਹੋਈ ਹਾਂ, ਉੱਥੇ ਮੈਂ ਘਰ ਲਿਆ, ਫਿਰ ਪ੍ਰਭੂ ਨੇ ਉਸ ਭੈਣ ਨੂੰ ਵੀ ਉੱਥੇ ਲੈ ਕੇ ਆਇਆ ਆ,
ਅਤੇ ਸਾਡੀ ਫਿਰ ਮੁਲਾਕਾਤ ਫਿਰ ਦੁਬਾਰਾ ਹੋਈ। ਇਸ ਦੇ ਵਿੱਚ ਦਰਮਿਆਨ ਦੇ ਵਿੱਚ ਉਹ ਵੀ ਮਸੀਹ ਦੇ ਵਿੱਚ ਆ ਚੁੱਕੀ ਹੋਈ ਸੀਗੀ ਭੈਣ। ਸੋ ਫਿਰ ਅਸੀਂ ਉਦੋਂ ਤੋਂ ਫਿਰ ਸਾਨੂੰ ਹੁਣ 15-16 ਸਾਲ ਹੋ ਗਏ ਆ ਘਰ ਦੇ ਵਿੱਚ ਪ੍ਰੇਅਰ ਮੀਟਿੰਗ ਕਰਦੀਆਂ ਨੂੰ। ਤਾਂ ਉੱਥੇ ਤੁਸੀਂ ਕੀ ਕਰਦੇ ਹੈਗੇ ਜਦੋਂ ਮਿਲਦੇ ਹਾਂ? ਹਾਂਜੀ, ਅਸੀਂ ਆਪਣੇ ਮਤਲਬ ਇੱਦਾਂ ਆ ਕਿ ਭੈਣਾਂ ਨੂੰ ਅਸੀਂ ਹਰ ਹਫ਼ਤੇ ਇੱਕ ਦਿਨ ਅਸੀਂ ਰੱਖਿਆ ਹੋਇਆ ਜਿਹੜਾ ਬੁੱਧਵਾਰ ਦਾ ਦਿਨ, ਯਾਨੀ ਕਿ ਮਿਡ ਵੀਕ ਦੇ ਵਿੱਚ, ਮਿਡਲ ਆਫ ਦਾ ਵੀਕ 'ਚ ਅਸੀਂ ਮਿਲਦੇ ਹਾਂ। ਔਰ ਉੱਥੇ ਫਿਰ ਜਦੋਂ ਫਿਰ ਮੈਨੂੰ ਬਹੁਤ ਉਦੋਂ ਨੂੰ ਖੁਸ਼ੀ ਹੁੰਦੀ, ਮੈਨੂੰ ਇੱਦਾਂ ਲੱਗਦਾ ਹੁੰਦਾ ਜਿੱਦਾਂ ਮੇਰੇ ਘਰ 'ਚ ਵਿਆਹ ਰੱਖਿਆ ਹੁੰਦਾ, ਕਿਉਂਕਿ ਮੈਂ ਫਿਰ ਆਪਣੇ ਭੈਣ ਭਾਈਆਂ ਨੇ ਆਉਣਾ ਹੈਗਾ, ਸੰਗਤ ਨੇ ਆਉਣਾ ਹੈਗਾ ਆ। ਔਰ ਖੁਦਾ ਦਾ ਕਲਾਮ ਵੀ ਕਹਿੰਦਾ ਹੈਗਾ ਆ ਕਿ ਜਦੋਂ ਤੁਸੀਂ ਮੇਰੀ ਬੰਦਗੀ ਕਰਦੇ ਆ, ਜ਼ਰੂਰ ਆ ਕਿ ਨਾਲ ਤੁਸੀਂ ਫਿਰ ਬਾਅਦ ਵਿੱਚ ਸਾਨੂੰ ਖਾਣਾ ਵੀ ਬੈਠ ਕੇ ਖਾਣਾ ਚਾਹੀਦਾ, ਕਿਉਂਕਿ ਇਹ ਵੀ ਫਿਰ ਸਾਨੂੰ ਆਪਣੀ ਮਤਲਬ ਕਿ ਸੰਗਤੀ ਕਰਨੀ ਚਾਹੀਦੀ ਹੈਗੀ ਆ। ਫੈਲੋਸ਼ਿਪ ਮੀਲ ਵੀ ਕਰਦੇ ਹਾਂ, ਹਾਂਜੀ, ਫੈਲੋਸ਼ਿਪ ਕੁਕਿੰਗ ਵੀ ਕਰਦੇ ਹੈਗੇ, ਹਾਂਜੀ, ਖੁਦਾ ਦਾ ਵਚਨ ਵੀ ਸੁਣਾਉਂਦੇ ਹੈਗੇ, ਹਾਂਜੀ, ਔਰ ਅਬਵ ਆਲ ਇੱਕ ਦੂਸਰੇ ਲਈ ਪ੍ਰਾਰਥਨਾ ਵੀ ਕਰਦੇ ਹੈਗੇ। ਬਿਲਕੁਲ, ਜ਼ਰੂਰ, ਸਾਡਾ ਇਕੱਠੇ ਹੋਣਾ ਇਹੀ ਹੈਗਾ ਆਗਾ। ਹੁਣ ਜਿਸ ਤਰ੍ਹਾਂ ਕਿ ਸਾਨੂੰ ਕੋਈ ਟੈਕਸ ਕਰਦਾ ਹੈਗਾ ਕਿ ਸਿਸਟਰ ਜੀ ਉਹਨਾਂ ਲਈ ਪ੍ਰਾਰਥਨਾ ਦੀ ਲੋੜ ਹੈ, ਉੱਥੇ ਇੱਦਾਂ ਇੰਡੀਆ ਲਈ, ਇੱਥੇ ਲਈ, ਪਾਕਿਸਤਾਨ, ਕਿਤੇ ਵੀ, ਯਾਨੀ ਕਿ ਕੁਛ ਵੀ ਹੁੰਦਾ ਹੈਗਾ। ਸੋ ਅਸੀਂ ਫਿਰ ਆਪਣੀ ਪ੍ਰਾਰਥਨਾ ਦੀ ਲਿਸਟ ਬਣਾਉਂਦੇ ਹੈਗੇ ਹਾਂ। ਸੋ ਅਸੀਂ ਫਿਰ ਇਕੱਲੇ ਇਕੱਲੇ ਲਈ ਫਿਰ ਪ੍ਰਾਰਥਨਾ ਕੀਤੀ ਜਾਂਦੀ ਹੈਗੀ ਆ। ਅਤੇ ਉਂਝ ਵੀ ਜਦੋਂ ਅਸੀਂ ਫਿਰ ਕਿਤੇ ਪੈਸੇ 'ਚ ਵੀ ਕਿਸੇ ਨੂੰ ਫਾਈਨੈਂਸ਼ਲੀ ਕਿਸੇ ਨੂੰ ਲੋੜ ਪੈਂਦੀ ਹੈਗੀ ਫਾਈਨੈਂਸ਼ੀਅਲ, ਸੋ ਅਸੀਂ ਚੰਦਾ ਵੀ ਗਰਾ ਕੇ ਅਸੀਂ ਉਹ ਵੀ ਫਿਰ ਬਹੁਤ ਅੱਛੇ ਲੋਕ ਖੁਦਾਵੰਦ ਬੰਦਗੀ 'ਚ ਲੈ ਕੇ ਆਇਆ ਹੈਗਾ ਆ, ਬਹੁਤ ਅੱਛੇ ਭੈਣ ਭਾਈ ਮਿਲਾਏ ਹੈਗੇ ਆ ਖੁਦਾਵੰਦ ਨੇ, ਜਿਹੜਾ ਵੱਧ ਚੜ੍ਹ ਕੇ ਖੁਦਾ ਦੀ ਸੇਵਾ ਦੇ ਵਿੱਚ ਹਿੱਸਾ ਲੈਂਦੇ ਹੈਗੇ। ਸੋ ਇਹ ਮੈਂ ਕਹਿ ਸਕਦਾ ਕਿ ਖੁਦਾਵੰਦ ਮੀਟਸ ਯੂਰ ਨੀਡਸ। ਹਾਂਜੀ, ਖੁਦਾਵੰਦ ਦੇਖੋ ਉਹ ਸਾਡਾ ਪ੍ਰੋਵਾਈਡਰ ਆ, ਹੈ ਨਾ, ਔਰ ਖੁਦਾਵੰਦ ਨੇ ਸਾਨੂੰ ਬਹੁਤ ਆਸ਼ੀਸ਼ ਔਰ ਬਰਕਤ ਦਿੱਤੀ, ਜਿਹੜਾ ਮੈਨੂੰ ਗ੍ਰੇਟ ਬਾਗਾਰ 'ਚ ਘਰ ਵੀ ਦਿੱਤਾ, ਇਹ ਵੀ ਮੇਰੇ ਖੁਦਾਵੰਦ ਨੂੰ ਬਰਕਤ ਹੈ। ਔਰ ਨਾ ਕਿ ਸਿਰਫ ਮੇਰਾ ਇਹ ਘਰ, ਜਿਹੜਾ ਨੈਕਸਟ ਡੋਰ ਜਿਹੜਾ ਘਰ ਹੈਗਾ ਉਹ ਵੀ ਮੇਰੇ ਬੇਟੇ ਦਾ ਘਰ ਹੈਗਾ, ਉਹ 'ਚ ਵੀ ਸਾਨੂੰ ਪ੍ਰਭੂ ਨੇ ਬਰਕਤ ਦਿੱਤੀ ਹੈਗੀ। ਦੇਖੋ ਖੁਦਾਵੰਦ ਤੁਹਾਡੀ ਪੂਰੀ ਜਿਹੜੀ ਨੀਡਸ ਆ ਉਹਨੂੰ ਬਿਲਕੁਲ ਮੀਟ ਕਰਦਾ ਹੈਗਾ। ਬਿਲਕੁਲ ਜੀ, ਹਾਂਜੀ। ਅੱਛਾ ਸਿਸਟਰ, ਇਹ ਦੱਸੋ ਕਿ ਮਿਰੇਕਲਸ ਹੁੰਦੇ ਆ? ਬਹੁਤ ਜੀ, ਹਾਂਜੀ, ਮੇਰੀ ਜ਼ਿੰਦਗੀ 'ਚ ਬਹੁਤ ਹੋਏ ਹੈਗੇ ਆ, ਲੇਕਿਨ ਮੈਂ ਇੱਕ ਜ਼ਰੂਰ ਤੁਹਾਨੂੰ ਦੱਸਾਂਗੀ। ਉਹ ਹਾਦਸਾ ਇੱਦਾਂ ਹੋਇਆ ਸੀਗਾ ਕਿ ਮੇਰੇ ਭਰਾ ਭਰਜਾਈ ਦਾ ਨਾ ਉਹਨਾਂ ਦੀ ਸੀਗੀ 25th ਐਨੀਵਰਸਰੀ, ਔਰ ਮੈਂ ਜਾਣਾ ਸੀਗਾ ਲੈਸਟਰ ਨੂੰ, ਅਤੇ ਮੈਂ ਆਪਣੀਆਂ ਭਤੀਜੀਆਂ ਦੋਨਾਂ ਨੂੰ, ਭਾਮਤੀ ਦੀਆਂ ਕੁੜੀਆਂ ਦੋਨਾਂ ਹੀ ਮੇਰੇ ਨਾਲ ਸੀ, ਅਸੀਂ ਲੈਸਟਰ ਨੂੰ ਰਸਤੇ 'ਚ ਜਾ ਰਹੇ, ਉਦੋਂ ਸਨੋਅ ਬਹੁਤ ਪਈ ਹੋਈ ਸੀਗੀ, ਔਰ ਜਾਣੀ ਕਿ ਧੁੱਪ ਵੀ ਕੜਾਕੇ ਦੀ ਨਿਕਲੀ ਹੋਈ ਸੀਗੀ, ਉਦੋਂ ਦਿਨ ਬਹੁਤ ਸੋਹਣਾ ਲੱਗਿਆ ਹੋਇਆ ਸੀ, ਇਮੈਜਿਨ ਕਰੋ ਕਿ ਸਨੋਅ ਇੰਨੀ ਇੰਨੀ ਪਈ ਹੋਈ ਆ, ਔਰ ਧੁੱਪ ਉੱਤੋਂ ਦੀ ਨਿਕਲੀ ਹੋਈ ਆ, ਔਰ ਸਨੋਅ ਮੈਲਟ ਹੋ ਰਹੀ ਆ। ਔਰ ਜਦੋਂ ਮੈਂ ਮੋਟਰਵੇ 'ਤੇ ਚੜ੍ਹ ਗਈ ਹਾਂ, ਇੱਕ ਮੇਰੀ ਭਤੀਜੀ ਵੱਡੀ ਪਿੱਛੇ ਬੈਠੀ ਆ, ਛੋਟੀ ਮੇਰੇ ਨਾਲ ਮੋਹਰੇ ਬੈਠੀ ਆ, ਅਤੇ ਉਹ ਸੀਗੀ ਉਦੋਂ 16-17 ਸਾਲ ਦੀ, ਅਤੇ ਉਹ ਮੈਨੂੰ ਕਹਿੰਦੀਆਂ ਕਿ ਵਾਈਪਰ ਔਨ ਕਰੋ ਵੀ ਬੂ, ਵੀ ਸਕਰੀਨ ਜਿਹੜੀ ਆ ਗੰਦੀ ਹੋਈ ਜਾ ਰਹੀ ਆ ਸਨੋਅ ਦੇ ਨਾਲ, ਮਤਲਬ ਕਿ ਮੈਲਟ ਹੋ ਕੇ, ਤਾਂ ਸਨੋਅ ਦੇ ਨਾਲ ਲੋਕਾਂ ਵੀ ਜਦੋਂ ਗੱਡੀਆਂ ਚਲਾਉਂਦੇ ਸੀ ਉਹਨਾਂ ਦੇ ਵੀ ਛਿੱਟੇ ਮੈਲਟ, ਗੰਦੀ ਸਨੋਅ ਦੋ ਹੋ ਜਾਂਦੀ ਨਾ, ਤਾਂ ਫਿਰ ਉਹ ਕਾਫੀ ਮੱਡ ਜਿਹਾ ਲੱਗਦਾ ਸੀ, ਸਾਰੀ ਸਕਰੀਨ 'ਤੇ ਇੱਦਾਂ ਪਈ ਜਾਵੇ, ਵਿੱਚ ਹੀਟਿੰਗ ਲੱਗੀ ਹੋਈ ਸੀ ਉਹ ਨਾਲ ਹੀ ਡਰਾਈ ਹੋਈ ਜਾਵੇ। ਉਹ ਜਦੋਂ ਫਿਰ ਮੈਂ ਪਾਣੀ, ਮੈਂ ਕਿਹਾ ਪਾਣੀ ਤਾਂ ਹੈ ਹੀ ਨਹੀਂ ਗਾ, ਹੈ ਨਾ, ਪਾਣੀ ਹੈ ਨਾ, ਮੇਰੀਆਂ ਭਤੀਜੀ ਮੇਰੀ ਕਹਿੰਦੀ ਮੇਰੇ ਕੋਲ ਬੋਤਲ 'ਚ ਪਾਣੀ ਆ, ਵੋ ਮੈਂ ਨਾ ਵਿੰਡੋ ਖੋਲ੍ਹ ਕੇ ਤਾਂ ਮੈਂ ਸਕਰੀਨ 'ਤੇ ਪਾਉਂਦੀ, ਮੈਂ ਕਿਹਾ ਇੱਦਾਂ ਨਹੀਂ ਕਰ ਸਕਦੇ ਬੇਟਾ, ਨਹੀਂ ਡੇਂਜਰਸ ਆ, ਮੈਂ ਕਿਹਾ ਨਹੀਂ ਇੱਦਾਂ ਨਹੀਂ ਕਰ ਸਕਦੇ, ਕਹਿੰਦੀ ਇੱਦਾਂ ਆਪਣਾ ਐਕਸੀਡੈਂਟ ਹੋ ਸਕਦਾ ਖਤਰੇ ਦੇ ਵਿੱਚ, ਮੈਂ ਕਿਹਾ ਅੱਛਾ ਤੁਸੀਂ ਗੱਲ ਇਹ ਸੁਣੋ, ਮੈਂ ਕਿਹਾ ਸ਼ਾਂਤ ਹੋ ਜਾਓ, ਮੈਂ ਕਿਹਾ ਤੁਸੀਂ ਮੇਰੇ ਅੱਜ ਖੁਦਾ ਨੂੰ ਦੇਖਣਾ ਚਾਹੁੰਦੀਆਂ? ਮੈਂ ਆਪਣੀਆਂ ਭਤੀਜੀਆਂ ਨੂੰ ਸਵਾਲ ਕੀਤਾ, ਕਹਿੰਦੀਆਂ ਹਾਂ, ਅਸੀਂ ਕਹਿੰਦੀਆਂ ਇਹ ਕੀ ਸਵਾਲ ਕੀਤਾ, ਮੈਂ ਕਿਹਾ ਤੁਸੀਂ ਮੇਰੇ ਖੁਦਾ ਨੂੰ ਦੇਖਣਾ ਚਾਹੁੰਦੀਆਂ? ਕਹਿੰਦੀਆਂ ਹਾਂ ਅਸੀਂ ਦੇਖਣਾ ਚਾਹੁੰਦੀਆਂ। ਮੈਂ ਕਿਹਾ ਠੀਕ ਆ, ਮੈਂ ਗੱਡੀ ਅਕਸਰ ਮੈਂ ਅੱਖਾਂ ਥੋੜ੍ਹੀ ਬੰਦ ਕਰਕੇ ਪ੍ਰਾਰਥਨਾ ਕਰਨੀ ਸੀ, ਮੈਂ ਆਪਣੇ ਖੁਦਾ ਨੂੰ ਯਾਦ ਕੀਤਾ, ਜਿਸ ਤਰ੍ਹਾਂ ਮੈਂ ਆਪਣੇ ਖੁਦਾ ਦੀ ਤਾਰੀਫ ਵਡਿਆਈ ਕੀਤੀ, ਪ੍ਰਭੂ ਦਾ ਧੰਨਵਾਦ ਕੀਤਾ, ਕਿਉਂਕਿ ਮੈਂ ਕਿਹਾ ਖੁਦਾਵਨ ਤੁਸੀਂ ਲੈ ਕੇ ਆਏ ਹਾਂ ਤਾਂ ਤੁਸੀਂ ਸਾਨੂੰ ਰਾਜ਼ੀ ਖੁਸ਼ੀ ਲੈ ਕੇ ਜਾ ਰਹੇ ਹਾਂ, ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦੀ, ਪਰ ਮੈਂ ਕਿਹਾ ਖੁਦਾਵਨ ਇਸ ਵੇਲਾ ਮੈਨੂੰ ਤੁਹਾਡੀ ਲੋੜ ਆ, ਮੈਂ ਕਿਹਾ ਤੁਸੀਂ ਵੀ ਜਾਣਦੇ ਮੇਰੀ ਲੋੜ ਨੂੰ, ਪਰ ਮੈਂ ਕਿਹਾ ਯਿਸੂ ਮਸੀਹ ਕਹਿੰਦਾ ਮੰਗੋ ਤਾਂ ਤੁਹਾਨੂੰ ਦਿੱਤਾ ਜਾਊਗਾ, ਔਰ ਖੁਦਾਵੰਦ ਮੈਂ ਕਿਹਾ ਮੈਂ ਮੰਗਦੀ ਹਾਂ, ਮੈਂ ਕਿਹਾ ਖੁਦਾਵੰਦ ਇੱਦਾਂ ਦੀ ਬਾਰਿਸ਼ ਬਹਾ ਦੇ ਕਿ ਇਹ ਜਿਹੜੀ ਸਨੋਅ ਆ ਨਾ ਇਹ ਸਾਰੀ ਮੈਲਟ ਹੋ ਜਾਵੇ, ਹੈ ਨਾ, ਅਤੇ ਤੁਸੀਂ ਯਕੀਨ ਕਰਿਓ ਅਤੇ ਮੇਰੀਆਂ ਭਤੀਜੀਆਂ ਜਿਹੜੀਆਂ ਉਹ ਸ਼ੌਕ ਦੇ ਵਿੱਚ ਕਿੰਨਾ ਚਿਰ ਰਹੀਆਂ, ਔਰ ਜਿਸ ਤਰ੍ਹਾਂ ਮੈਂ ਪ੍ਰਾਰਥਨਾ ਕਰੀ ਗਈ, ਜਿਸ ਤਰ੍ਹਾਂ ਮੈਂ ਦੱਸਿਆ ਕਿ ਬਹੁਤ ਧੁੱਪ ਕੜਾਕੇ ਦੀ, ਸੂਰਜ ਨਿਕਲਿਆ ਹੋਇਆ ਸੀ, ਜਿੱਦਾਂ ਜਿੱਦਾਂ ਮੈਂ ਪਾਸਟਰ ਜੀ ਪ੍ਰਾਰਥਨਾ ਕਰੀ ਗਈ ਹਾਂ,
ਉਦਾਂ ਹੀ ਕਲਾਊਡਸ ਆਉਣੇ ਸ਼ੁਰੂ ਹੋ ਗਏ, ਸੂਰਜ ਮਿਟ ਗਿਆ, ਇੰਨਾ ਕਲਾਊਡਸ ਨੇਰ ਘੁੱਪ ਹੋ ਗਿਆ ਔਰ ਇੱਦਾਂ ਦੀ ਬਾਰਿਸ਼ ਖੁਦਾ ਨੇ ਬਰਸਾਈ ਕਿ ਸਾਡੀ ਗੱਡੀ ਤਾਂ ਕੀ ਧੋਣੀ ਸੀ, ਖੁਦਾ ਨੇ ਸਾਰੇ ਰੋਡ ਵੀ ਧੋ ਦਿੱਤੇ ਔਰ ਮੇਰੀਆਂ ਭਤੀਜੀਆਂ ਇੰਨੀਆਂ ਹੈਰਾਨ ਕਹਿੰਦੀਆਂ, ਬੂ ਅਸੀਂ ਤੇਰਾ ਵਿਸ਼ਵਾਸ ਵੀ ਦੇਖ ਲਿਆ ਤਾਂ ਅਸੀਂ ਤੇਰੇ ਖੁਦਾ ਨੂੰ ਵੀ ਦੇਖ ਲਿਆ, ਸਾਰੀ ਵਡਿਆਈ ਤੇ ਮਹਿਮਾ ਮੇਰੇ ਖੁਦਾ ਨੂੰ ਜਾਵੇ। ਇਸ ਮੁਸੀਬਤ ਟਾਈਮ ਤਾਂ ਇਕਦਮ ਲੰਘ ਗਿਆ, ਮੈਂ ਚਾਹੁੰਦਾ ਹੈਗਾ ਕਿ ਵੁੱਡ ਯੂ ਲਾਈਕ ਟੂ ਸ਼ੇਅਰ, ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੈਗੇ ਸਾਡੇ ਬਹੁਤ ਹੀ ਸਰੋਤੇ ਜਿੰਨੇ ਵੀ ਜੁੜੇ ਹੋਏ ਹੈਗੇ ਉਹਨਾਂ ਨਾਲ ਤੁਸੀਂ ਇੱਦਾਂ ਦੀ ਚੀਜ਼ ਸ਼ੇਅਰ ਕਰੋ ਕਿ ਜਿਹੜਾ ਖੁਦਾਵੰਦ ਦੀ ਤਾਰੀਫ ਹੋਊਗੀ। ਹਾਂਜੀ ਮੇਰੇ ਭੈਣ ਅਤੇ ਭਰਾਵੋ ਅਜ਼ੀਜ਼ੋ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ, ਇਨਕਰੇਜ ਦੇਣਾ ਚਾਹੁੰਦੀ ਹੈਗੀ ਹਾਂ ਕਿ ਜਿੱਦਾਂ ਮੈਂ ਹੁਣੇ ਕਹਿ ਕੇ ਹਟੀ, ਭਾਵੇਂ ਅਸੀਂ ਆਪਣੇ ਖੁਦਾ ਦੇ ਨਾਲ ਗੁੱਸੇ ਵੀ ਹੋ ਲੈਂਦੇ ਹਾਂ, ਸਾਡਾ ਉਹ ਅਸਮਾਨੀ ਬਾਪ ਹੈ, ਪਰ ਉਸ ਤੋਂ ਬਿਨਾਂ ਸਾਡੀ ਕੋਈ ਜ਼ਿੰਦਗੀ ਨਹੀਂ। ਇਹਦੀ ਜੋ ਦੁਨੀਆ ਹੈ ਇਹ ਦੁਨੀਆ ਸਾਡੀ ਨਹੀਂ ਹੈਗੀ, ਕਿਉਂਕਿ ਇਹ ਦੁਨੀਆ ਰੰਗ ਬਹਾਰ ਦੀ ਦੁਨੀਆ ਹੈਗੀ ਆ, ਇਹ ਤੁਹਾਨੂੰ ਸ਼ੈਤਾਨ ਦੇ ਰਾਹਾਂ ਵੱਲ ਲੈ ਜਾਂਦੀ ਬਹੁਤ ਜਲਦ। ਤੁਹਾਨੂੰ ਜਦੋਂ ਤੁਸੀਂ ਇਸ ਦੁਨੀਆ ਦੇ ਵਿੱਚ, ਅਸੀਂ ਰੰਗ ਲੀਲਾ ਆਪਣੀ ਲਾ ਲੈਂਦੇ ਇਸ ਦੁਨੀਆ ਦੇ ਵਿੱਚ, ਤਾਂ ਬਹੁਤ ਛੇਤੀ ਸਾਨੂੰ ਸ਼ੈਤਾਨ ਲੈ ਜਾਂਦਾ ਇੱਧਰ ਨੂੰ। ਲੇਕਿਨ ਅਸੀਂ ਇਸ ਦੁਨੀਆ ਦੇ ਨਹੀਂ, ਯਿਸੂ ਮਸੀਹ ਨੇ ਕਿਹਾ ਮੈਂ ਤੁਹਾਨੂੰ ਅਲੱਗ ਕਰ ਲਿਆ ਇਸ ਦੁਨੀਆ 'ਚੋਂ, ਮੈਂ ਆਪਣੇ ਲਈ ਕਹਿੰਦਾ ਤੁਹਾਨੂੰ ਚੁਣ ਲਿਆ ਹੈਗਾ ਆ, ਤੁਸੀਂ ਕਹਿੰਦਾ ਮੇਰੇ ਲਈ ਹੈਗੇ ਆ। ਸੋ ਜੇ ਅਗਰ ਖੁਦਾ ਨੇ ਸਾਨੂੰ ਆਪਣੇ ਲਈ ਚੁਣ ਲਿਆ ਹੈਗਾ, ਤਾਂ ਮੇਰੇ ਭੈਣ ਅਤੇ ਭਰਾਵੋ ਆਓ ਅਸੀਂ ਆਪਣੇ ਯਿਸੂ ਮਸੀਹ ਦੇ, ਉਹਦੀ ਹੁਣ ਆਉਣ ਵਾਲੀ ਜਿਹੜੀ ਉਹਨੇ ਹੁਣ ਆਉਣਾ ਆ ਸਾ ਆਪਣੀ ਦੁਲਹਨ ਨੂੰ ਲੈਣ, ਅਸੀਂ ਉਹਦੀ ਤਿਆਰੀ ਕਰੀਏ, ਅਸੀਂ ਉਹਦੀ ਪਾਕ ਤਾਂ ਪਵਿੱਤਰ ਉਹਦੀ ਦੁਲਹਨ ਬਣੀਏ, ਔਰ ਉਹ ਦੁਲਹਨ ਬਣੀਏ ਜਿਹੜੀ ਜਿਹਦੇ ਵਿੱਚ ਕੋਈ ਦਾਗ ਨਹੀਂ, ਕੋਈ ਧੱਬਾ ਨਹੀਂ ਹੈਗਾ। ਅਸੀਂ ਦੁਨੀਆ ਵੱਲ ਨਾ ਦੇਖੀਏ, ਕੋਈ ਸਾਨੂੰ ਦੁੱਖ ਦਿੰਦਾ, ਕੋਈ ਸਾਨੂੰ ਕੁਛ ਵੀ ਕਹਿੰਦਾ ਆ, ਕੋਈ ਸਾਡੇ ਬੀਤੀ ਹੋਈ ਜ਼ਿੰਦਗੀ ਨੂੰ ਦੇਖਦਾ ਹੈ, ਉਹ ਉਹਨਾਂ ਵਿੱਚ ਅਤੇ ਰੱਬ ਦੇ ਵਿੱਚ ਹੈ। ਆਪਾਂ ਨਹੀਂ ਉਹਨਾਂ ਵੱਲ ਨੂੰ ਦੇਖਣਾ, ਆਪਾਂ ਆਪਣੀ ਨਿਗਾਹ ਜਿਹੜੀ ਆ ਯਿਸੂ ਮਸੀਹ ਦੀ ਸਲੀਬ 'ਤੇ ਲਾਉਣੀ ਹੈਗੀ ਆ। ਯਿਸੂ ਮਸੀਹ ਕਹਿੰਦਾ ਜਿਹੜਾ ਕਹਿੰਦਾ ਮੇਰੇ ਮਗਰ ਚੱਲਣਾ ਚਾਹੁੰਦਾ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਆਵੇ, ਔਰ ਕਹਿੰਦਾ ਨਾ ਦਾਏ ਦੇਖੋ ਨਾ ਵਾਏ ਦੇਖੋ, ਸਿੱਧਾ ਕਹਿੰਦਾ ਮੇਰੇ ਵੱਲ ਤੁਰੇ ਆਵੋ। ਔਰ ਅਸੀਂ ਸਿਰਫ ਸਾਡਾ ਧਿਆਨ ਯਿਸੂ ਮਸੀਹ ਦੀ ਸਲੀਬ 'ਤੇ ਹੋਣਾ ਚਾਹੀਦਾ ਆ। ਸੋ ਮੇਰੇ ਇਹ ਭੈਣ ਅਤੇ ਭਰਾਵੋ, ਮੈਂ ਤੁਹਾਨੂੰ ਇਹੀ ਇਨਕਰੇਜਮੈਂਟ ਕਰਦੀ ਹਾਂ, ਯਿਸੂ ਮਸੀਹ ਦਾ ਪੱਲਾ ਫੜਿਆ ਆ ਅਤੇ ਅਸੀਂ ਉਸਦਾ ਹੀ ਪੱਲਾ ਫੜ ਕੇ ਪਾਰ ਲੰਘਣਾ ਹੈਗਾ ਆ। ਸੋ ਯਿਸੂ ਮਸੀਹ ਦੇ ਆਉਣ ਦੀ ਆਪਾਂ ਤਿਆਰੀ ਕਰੀਏ, ਉਹਦੀ ਦੁਲਹਨ ਦੀ ਤਿਆਰੀ ਕਰੀਏ, ਉਹਦੇ ਦੁਲਹਨ ਦੇ ਵਿੱਚ ਸ਼ਾਮਿਲ ਹੋਣ ਦੀ ਆਪਾਂ ਤਿਆਰੀ ਕਰੀਏ। ਰੈਪਚਰ ਬਹੁਤ ਜਲਦ ਹੋਣੇ ਵਾਲਾ ਹੈ। ਆਮੇਨ। ਕੁਮਾਰ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਕਿ ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਆਏ ਹੈ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰ ਕਰਦੇ। ਯਹੋਵਾ ਆਪਣੇ ਲੋਕਾਂ ਦੀ ਸੁਣਦਾ ਹੈ ਜਦੋਂ ਉਹ ਮਦਦ ਪੁਕਾਰਦੇ ਹੈ। The Lord hears his people when they call for him and he rescues them from all their troubles. ਮੇਰੀ ਉਮੀਦ ਹੈ ਕਿ ਤੁਸੀਂ ਭੈਣ ਕੁਮਾ ਦੀ ਗਵਾਹੀ ਦੇ ਵਿੱਚੋਂ ਕੁਛ ਨਾ ਕੁਛ ਸਿੱਖਿਆ ਹੈ। ਬਸ ਇੰਨਾ ਹੀ ਟਾਈਮ ਹੈ, ਸ਼ੁਕਰੀਆ ਮਿਹਰਬਾਨੀ। ਅੰਟਿਲ ਨੈਕਸਟ ਟਾਈਮ, ਜੈ ਮਸੀਹ। Hey, if you like the show, please make sure you hit the subscribe button now. Turn on those notifications so you don't miss the next show. Keep watching and stay blessed.